ਮੈਂ ਨਾ ਆਪਣਾ ਦੋ ਦੋ ਬੋਰੀਆਂ ਸੀਮਟ ਦੀਆਂ ਆਣੀਆਂ ਲੈ ਕੇ ਤੇ ਆਜੋ ਫਿਰ ਨਾਲ ਪਏ ਮੇਰੇ ਹੈਂ ਤੇ ਸੀਮਟ ਹੈਗਾ ਨਾਲ ਪਰ ਸੀਮਟ ਹੈਗਾ ਇੱਕ ਬੋਰੀ ਸੀਮਟ ਹੋਣੀ ਹੈ ਨਾ ਲੈ ਕੇ ਆਣੀ ਵਾਪਸ ਦੱਸ ਦੋ ਮੁੰਡੇ ਪੈਸੇ ਕਿੰਨੇ ਆਣ ਜਾਣ ਕਰਨਾ ਵਾ ਨਾਲ ਬਹਿਣਾ ਤੇ ਇੱਥੇ ਲੈ ਕੇ ਆਣੀ ਇੱਥੋਂ ਮੈਂ ਅੱਗੇ ਬੱਸ ਚ ਲੈ ਕੇ ਲੈ ਜਾਣੀ ਹੈ ਹੁਣ ਦੱਸੋ ਮਾਇਆ ਸੌ ਰੁਪਇਆ ਬਹੁਤ ਸੌ ਰੁਪਇਆ ਚਲੋ ਚਲੀਏ ਪਿਆਰਿਓ ਤੁਹਾਨੂੰ ਰਾਮ ਦਾ ਚਲੋ ਸੀਮਰ ਦੀ ਬੋਰੀ ਦਾ ਆਈ ਮੈਨੂੰ ਸੌ ਰੁਪਇਆ ਕਮਾਇਆ ਸਾਰਾ ਤੇ ਹੁਣ ਟਾਈਮ ਡੇਢ ਦੋ ਵੱਜ ਗਿਆ ਤੇ ਹੁਣ ਤੀਵੇਂ ਕੋਲ ਮੰਗਿਆ ਸੌ ਰੁਪਇਆ ਸਾਰਾ ਰਿਕਸ਼ਾ ਵੀ ਕਿਰਾਏ ਤੇ ਜਾਣੀ ਕਿ 60 ਰੁਪਏ ਤੁਸੀਂ ਕਿਰਾਇਆ ਦੇਣਾ 40 ਰੁਪਏ ਤੁਹਾਡੇ ਆਣ ਜਾਂਦੇ ਪਿੰਡੋਂ ਹਨਾ ਬਚਣਾ ਕਿ ਤੁਹਾਨੂੰ ਤੇ ਬਾਬਿਓ ਕਿੱਥੋਂ ਬਸ ਸੀਮਰ ਫੜੀਏ ਅੱਗੇ ਜਾਣ ਤੋਂ ਥੋੜ੍ਹਾ ਜਿਹਾ ਅੱਗੇ ਬਸ ਬਸ ਸਾਈਡ ਦੇ ਆਜੋ ਆਜੋ ਲੈ ਆਓ ਅੰਦਰ ਆਜੋ ਆਜੋ ਰਹਿੰਦੋ ਉੱਥੇ ਕੋਈ ਨੀ ਸੀਮਰ ਫੜੀਏ ਇਹ ਤੁਹਾਡੇ ਵਾਸਤੇ ਕੱਲ ਹੀ ਤਿਆਰ ਹੋ ਗਿਆ ਸੀ ਠੀਕ ਹੈ ਪਿਆਰੋ ਇਹ ਤੁਹਾਡਾ ਰਿਕਸ਼ਾ ਵਾ ਕੱਢੋ ਬਾਹਰ ਉਹਨੂੰ ਤੇ ਵੇਖੋ ਚਲਾ ਗਏ ਸੀਮਟ ਇਹੀ ਆ ਆਪਾਂ ਇੱਥੇ ਕੱਢੋ ਬਾਹਰ ਮਾੜਾ ਜਿਹਾ ਕੱਢਿਓ ਬਾਹਰ ਬਾਬਾ ਹੀ ਚਲਾ ਗਿਆ ਉਹਨੂੰ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਠੀਕ ਹੈ ਰੰਗ ਠੀਕ ਹੈ ਘੁਮਾ ਕੇ ਲਿਆ ਉਹਨੂੰ ਧੰਨ ਗੁਰੂ ਰਾਮਦਾਸ ਧੰਨ ਗੁਰੂ ਧੰਨ ਗੁਰੂ ਰਾਮਦਾਸ ਤੁਹਾਨੂੰ ਇਹ ਦੇਣ ਵਾਲੇ ਕੌਣ ਆ ਤੁਹਾਡੇ ਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਠੀਕ ਹੈ ਜੀ ਹੁਣ ਤੁਸੀਂ ਆਪਣਾ ਉਹ ਜਿਹੜਾ ਪੁਰਾਣਾ ਜਿੱਥੋਂ ਲਿਆ ਵਾ ਉਹਦੀ ਛੱਡ ਕੇ ਆ ਜਾਓ ਤੇ ਨਵਾਂ ਇੱਥੋਂ ਤੁਸੀਂ ਲਿਆ ਜਾਓ ਮੈਂ ਇਹਨਾਂ ਨੂੰ ਪੈਸੇ ਦੇ ਦੇਣਾ ਠੀਕ ਹੈ ਤੁਸੀਂ ਹੁਣ ਲਿਆ ਜਾਓ ਠੀਕ ਹੈ ਪਿਆਰਿਓ ਤੁਹਾਡਾ ਗੁਰੂ ਬੜਾ ਬੇਅੰਤ ਹੈ ਠੀਕ ਹੈ ਸਿੰਘੋ ਚਲੋ ਹੁਣ ਲਿਆ ਜਾਓ ਉਹੜਾ ਛੱਡੋ ਤੇ ਆੜਾ ਲਿਆ ਜਾਓ ਠੀਕ ਹੈ ਪਿਆਰਿਓ ਖੁਸ਼ ਹੋ ਨਾ ਚਲੋ ਲਿਆ ਜਾਓ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ